ਈਟੀਵੀ ਭਾਰਤ ਦੀ ਟੀਮ ਅੱਜ ਪਹੁੰਚੀ ਹੈ ਗੋਲੂਗਾ ਮੋੜ ਜੋ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪੈਂਦਾ ਹੈ ਇੱਥੋਂ ਦਾ ਇੱਕ ਨੌਜਵਾਨ ਜੋ ਮੀਡੀਅਮ ਕਲਾਸ ਦੇ ਘਰ ਦੇ ਵਿੱਚ ਰਹਿਣ ਵਾਲਾ ਆਪਣੀ ਪੜ੍ਹਾਈ ਦੇ ਨਾਲ-ਨਾਲ ਗੇਮਾਂ ਵਿੱਚ ਵੀ ਉਸ ਦੀ ਰੁਚੀ ਸੀਗੀ ਅੱਜ ਉਹ ਏਸ਼ੀਆ ਦੇ ਦੌਰੇ ਤੇ ਗਿਆ ਹੈ ਜੋ ਕਿ ਏਸ਼ੀਆ ਵਿੱਚ ਯੂਥ ਪੈਰਾ ਗੇਮਜ਼ ਹੋ ਰਹੀਆਂ ਹਨ ਉਹਨਾਂ ਵਿੱਚ ਹਿੱਸਾ ਲੈਣ ਵਾਸਤੇ ਪਹੁੰਚਿਆ ਉਸਦੇ ਪਰਿਵਾਰ ਵਾਲਿਆਂ ਨਾਲ ਅੱਜ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਉਹ ਇੱਥੋਂ ਇਹ ਗੇਮਾਂ ਪੜ੍ਹਾਈ ਕੀਤੀ ਉਹਨੇ ਤੇ ਕਿਸ ਤਰ੍ਹਾਂ ਇਸ ਗੇਮਾਂ ਦੇ ਵਿੱਚ ਉਹਨੇ ਭਾਗ ਲਿਆ ਇੱਥੇ ਕਰਨ ਦੇ ਬ੍ਰਦਰ ਸਾਡੇ ਨਾਲ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਕਿਹੜੀ ਕਲਾਸ ਦੇ ਵਿੱਚ ਕਰਨ ਪੜਦਾ ਸੀਗਾ ਤੇ ਉਹਨੂੰ ਕਿਵੇਂ ਇਹ ਰੁਚੀ ਪੈਦਾ ਹੋਈ ਕਿ ਮੈਂ ਖੇਡਾਂ ਦੇ ਵਿੱਚ ਲੌਂਗ ਜੰਪ ਚ ਹੀ ਜਾਣਾ ਪਹਿਲਾਂ ਇਹ ਆਪਣੇ ਲੋਕਲਸ ਤੇ ਸਕੂਲ ਚ ਪੜਦਾ ਸੀ ਹਾਈ ਸਕੂਲ ਚੀ ਤੋ ਫਿਰ ਪਹਿਲਾ ਮੈਂ ਗੇਮ ਕਰਦਾ ਸੀ ਫਿਰ ਮੈਨੂੰ ਦੇਖ ਦੇਖ ਕੇ ਉਹ ਅੱਗੇ ਆ ਗਿਆ ਤੇ ਫਿਰ ਉਹ ਖੇਡਣ ਲੱਗ ਗਿਆ ਇਦਾਂ ਹੀ ਬਸ ਉਹਦਾ ਰੁਚੀ ਵਧ ਗਈ ਗੇਮਾਂ ਚ ਤੋ ਹੁਣ ਉਹ ਐਜ ਦੇ ਪੱਡੇ ਤੇ ਖੇਡ ਰਿਹਾ ਐ ਪਹਿਲਾਂ ਕਿਹੜੀਆਂ-ਕਿਹੜੀਆਂ ਗੇਮਾਂ ਕਿਹੜੇ-ਕਿਹੜੇ ਲੈਵਲ ਤੇ ਖੇਡ ਚੁੱਕਾ ਉਹ ਇਹ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਤੇ ਪੈਰਾਚੇ ਨੈਸ਼ਨਲ ਲੈਵਲ ਖੇਡ ਚੁੱਕਿਆ ਜੀ ਤੇ ਅੱਜ ਹੁਣ ਉਹ ਕਿੱਥੇ ਗਿਆ ਹੋਇਆ ਅੱਜ ਹੀ ਬਹਿਰੀਨ ਚ ਦੁਬਈ ਦੇ ਵਿੱਚ ਐਸਟੇਟ ਹੈ ਉਹਦੇ ਵਿੱਚ ਯੂਥ ਪੇ ਅਸ਼ੀਅਨ ਗੇਮ ਚੱਲ ਰਹੀਆਂ ਉੱਥੇ ਕਿੱđen ਗਿਆ ਜੀ ਤੇ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਕੁ ਮੈਂਬਰ ਹੈ ਤੇ ਕੀ ਕੰਮ ਕਰਦੇ ਹੋ ਤੁਸੀਂ ਅਸੀਂ ਲੇਬਰ ਦਾ ਕੰਮ ਕਰਦੇ ਹਾਂ ਜੀ ਅਸੀਂ ਤਿੰਨ ਭਾਈ ਹਾਂ ਜੀ ਤੇ ਮੰਮੀ ਡੈਡੀ ਹੈ ਦਾਦੀ ਜੀ ਨਾਲ ਦਾਦਾ ਜੀ ਦੀ ਡੈਥ ਤੇ ਡਾਦਾ ਜੀ ਡੈਥ ਹੈ ਹਾਂਜੀ ਇੱਥੇ ਕਰਨ ਦੇ ਫਾਦਰ ਵੀ ਮੌਜੂਦ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਪਰਿਵਾਰ ਦੇ ਬਾਰੇ ਤੇ ਆਪਣੇ ਬੇਟੇ ਨੇ ਜਿਹੜੇ ਤੁਹਾਡੇ ਬੇਟੇ ਨੇ ਆਪਣੇ ਹਿੰਮਤ ਕਰਕੇ ਜਿਹੜੇ ਇਸ ਮੁਕਾਮ ਤੱਕ ਪਹੁੰਚ ਗਿਆ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਤਾਂ ਦੇਖੋ ਜੀ ਇਹ ਹੀ ਕਹਿਣਾ ਚਾਹੁੰਦਾ ਕਿ ਮੈਂ ਇੱਕ ਮੀਡੀਅਮ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਤੇ ਮਿਹਨਤ ਮਜ਼ਦੂਰੀ ਕਰਕੇ ਹੀ ਆਪਦੇ ਬੱਚੇ ਪਾਲ ਰਿਆਂ ਜੋ ਵੀ ਜਿੰਨਾ ਕੁਝ ਵੀ ਕਰ ਰਿਆਂ ਤੇ ਬਾਕੀ ਮੇਰੇ ਬੇਟੇ ਨੇ ਸ਼ੁਰੂਤ ਉਹਦੀ ਗੇਮਾਂ 'ਚ ਵੱਡੇ ਪ੍ਰਾਣ ਦੇਖ ਦੇ ਕੇ ਉਹਨਾਂ ਗੇਮਾਂ 'ਚ ਰੁਚੀ ਵਧੀ ਤੇ ਉਸ ਤੋਂ ਬਾਅਦ ਉਹ ਛੋਟੇ ਲੈਵਲ ਤੇ ਖੇਡ ਖੇਡ ਕੇ ਹੌਲੀ-ਹੌਲੀ ਹੁਣ ਉਹ ਏਸ਼ੀਆ ਦੀ ਗੇਮਾਂ 'ਚ ਦਬਈ ਦੇ ਬਹਿਰੈਨ ਸ਼ਹਿਰ 'ਚ ਇੰਟਰਨੈਸ਼ਨਲ ਖੇਡਣ ਵਾਸਤੇ ਗਿਆ ਹੈ ਔਰ ਕੱਲ ਨੂੰ ਉਹਦੇ ਮੈਚ ਹੈਗੇ ਇਹ ਤੁਹਾਨੂੰ ਸਰਕਾਰ ਵੱਲੋਂ ਇਹਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਮਦਦ ਮਿਲ ਰਹੀ ਹੈ ਦੇਖੋ ਜੀ ਸਰਕਾਰਾਂ ਵੱਲੋਂ ਤਾਂ ਹਾਲੇ ਤੱਕ ਤਾਂ ਬੱਚਾ ਹੁਣ ਪਹੁੰਚਿਆ ਹੈਗਾ ਸਰਕਾਰਾਂ ਕੇ ਇਹ ਉਮੀਦ ਕਰਦੇ ਆ ਕਿ ਸਾਡੀ ਕੁਝ ਥੋੜੀ ਬਹੁਤ ਸਾਰ ਲਈ ਜਾਵੇ ਬੱਚੇ ਵਾਸਤੇ ਸੋਚਿਆ ਜਾਵੇ ਜੋ ਕਿ ਉਹ ਆਪਦੀ ਮਿਹਨਤ ਕਰਕੇ ਅਤੇ ਹੋਰ ਅੱਗੇ ਤੋਂ ਅੱਗੇ ਤਰੱਕੀ ਕਰ ਸਕੇ ਇਥੇ ਪਰਿਵਾਰ ਵੱਲੋਂ ਇਹ ਦੱਸਿਆ ਗਿਆ ਕਿ ਇਹ ਬੱਚਾ ਪੈਰਾ ਗੇਮਸ ਖੇਡਣ ਗਿਆ ਹੈ ਇਹ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਆਪਣਾ ਹੌਸਲਾ ਨਹੀਂ ਹਾਰ ਰਿਹਾ ਇਹਨਾਂ ਦੇ ਇੱਕ ਐਕਸੀਡੈਂਟ ਦੇ ਵਿੱਚ ਮਾਤਾ ਦੇ ਤੇ ਇਸ ਦੀ ਬਾਜੂ ਕੱਟੀ ਗਈ ਮਾਤਾ ਵੀ ਇਥੇ ਮੌਜੂਦ ਨਹੀਂ ਸਾਡੇ ਕੋਲੇ ਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਮਾਤਾ ਤੁਸੀਂ ਤੁਹਾਡੇ ਬੱਚੇ ਨੂੰ ਕਿਵੇਂ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਬੱਚਾ ਤੁਹਾਡਾ ਅੱਗੇ ਅੱਗੇ ਦੇਸ਼ਾਂ 'ਚ ਖੇਡਣ ਗਿਆ ਹਾਂਜੀ ਬੜੀ ਅੱਜ ਮਹਿਸੂਸ ਹੋ ਰਿਹਾ ਸਾਨੂੰ ਜੀਨ ਗਿਆ ਹੈ ਖੇਡਣ ਗਿਆ ਅੱਡੇ ਉੱਚੇ ਲੈਵਲ ਤੇ ਖੇਡਣ ਗਿਆ ਹੀ ਤੇ ਬਸ ਵੀਰ ਕਰਦੇ ਆ ਮੈਡਲ ਜਿੱਤ ਕੇ ਵਾਪਸ ਆਵੇ ਤੇ ਖੁਸ਼ੀਆਂ ਦਾ ਮੋਲ ਬਣੇ ਤੇ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਕਿ ਤੁਹਾਨੂੰ ਕਿੱਦਾਂ ਦੀ ਮਤਲਬ ਇਹ ਸਰਕਾਰ ਵੱਲੋਂ ਵੀ ਮਦਦ ਕੀਤੀ ਜਾਣੀ ਚਾਹੀਦੀ ਆ ਬਸ ਇਹ ਮੈਡਲ ਦੇ ਜੋ ਵੀ ਉਹਦੀ ਬਣਦੀ ਆ ਉਹਦੀ ਉਹਨੂੰ ਸਰਕਾਰ ਨੂੰ ਦੇਣੀ ਚਾਹੀਦੀ ਹੈ ਇਹ ਸਹੂਲਤਾਂ ਜੋ ਵੀ ਬਣਦੀਆਂ ਤੇ ਦੇਣੀ ਚਾਹੀਦੀ ਹੈ ਸਰਕਾਰ ਨੂੰ ਬਸ ਹੁਣ ਕੋਸਾ ਵੀ ਸਾਡੇ ਕਰ ਰਿਹਾ ਹੀ ਅੱਗੇ ਜੋ ਵੀ ਆ ਉਹਦੀ ਪੜ੍ਹਾਈ ਦਾ ਉਹਦੀ ਗੇਮ ਦਾ ਖਰਚਾ ਸਾਰਾ ਉਹ ਵੀ ਚੱਕ ਰਿਹਾ ਹੀ ਤੇ ਰੈਂਟ ਤੇ ਰੂਮ ਲੈ ਕੇ ਹੁਣ ਪ੍ਰੈਕਟਿਸ ਕਰ ਰਿਹਾ ਇਸ ਟਾਈਮ ਇਹ ਸਾਰਾ ਖਰਚਾ ਕੋਚ ਵੱਲੋਂ ਕੀਤਾ ਜਾ ਰਿਹਾ ਹੈ ਜਾਂ ਤੁਹਾਡੇ ਵੱਲੋਂ ਕੋਸ ਸਾਡੇ ਵੱਲੋਂ ਹੀ ਕੋਚ ਸਾਹਿਬ ਦਾ ਥੋੜਾ ਜਿਆਦਾ ਹੱਥ ਹੈ ਇਹਦੇ ਵਿੱਚ ਕੋਸਾ ਬਹੁਤ ਹੈਲਪ ਕਰ ਰਹੀ ਸਾਡੀ ਇਸ ਟਾ ਕਗਨਦੀਪ ਸਿੰਘ ਕੋਚ ਹੈ ਸਾਡੇ ਬਹੁਤ ਹੀ ਹੈਲਪ ਕਰ ਰਹੀ ਸਾਡੀ ਇੱਥੋਂ ਤੱਕ ਕੋਸਾਬਣੀ ਸਾਨੂੰ ਇੱਥੋਂ ਤੱਕ ਪਹੁੰਚਾਇਆ ਜੀ ਜੋ ਵੀ ਅੱਜ ਖੇਡਣ ਗਿਆ ਕੋਸਾਬ ਦੀ ਕਿਰਪਾ ਹੈ ਪਰਿਵਾਰ ਵੱਲੋਂ ਦੱਸਿਆ ਜਾ ਕੇ ਜਾ ਰਿਹਾ ਕਿ ਕੋਚ ਦੀ ਮਦਦ ਦੇ ਨਾਲ ਹੀ ਇਹ ਬੱਚਾ ਪੈਰਾਸ਼ੀਅਨ ਗੇਮਸ ਖੇਡਣਾ ਪੂਰੇ ਵਰਲਡ ਜਗ ਘੁੰਮ ਰਿਹਾ ਤੇ ਆਪਣਾ ਹੌਸਲਾ ਨਹੀਂ ਹਾਰ ਰਿਹਾ ਪਰ ਇਹਨਾਂ ਕੋਲੋਂ ਸਰਕਾਰ ਨੂੰ ਵੀ ਮੰਗ ਕੀਤੀ ਜਾ ਰਹੀ ਕਿ ਉਸ ਦੀ ਬੰਦਾ ਉਹਨੂੰ ਮਾਨ ਸਨਮਾਨ ਜ਼ਰੂਰ ਦਿੱਤਾ ਜਾਵੇ ਦੀਪਕ ਭਾਰਗੋ ਈਟੀਵੀ ਫਿਰੋਜ਼ਪੁਰ